ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਭ ਦਾ ਸਾਡੇ ਚੈਨਲ ਉੱਤੇ ਸਵਾਗਤ ਹੈ ਜੀ। ਅੱਜ ਦੀ ਵੀਡੀਓ ਵਿੱਚ ਅਸੀਂ ਧੰਨ ਧੰਨ ਸਾਹਿਬ ਸ਼੍ਰੀ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ਬਦ ਕਰਾਂਗੇ ਜੀ। ਸ਼ਬਦ ਦੀ ਸਥਾਈ ਹੈ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਇਹ ਸ਼ਬਦ ਦੀ ਸਥਾਈ ਹੈ ਜੀ। ਸ਼ਬਦ ਦਾ ਸਕੇਲ ਹੈ ਦੂਜਾ ਕਾਲਾ, ਸ਼ਬਦ ਦਾ ਕੋਡ ਹੈ ਪਾ ਨੀ ਕੋਮਲ ਅਤੇ ਰੇ ਤਾਰ ਸਪਤਕ ਵਾਲਾ। ਆਓ ਪਹਿਲਾਂ ਪੂਰਾ ਸ਼ਬਦ ਸੁਣੋ, ਇਹ ਸ਼ਬਦ ਕੈਰੋ ਤਾਲ ਵਿੱਚ ਹੈ। ਆਓ ਪਹਿਲਾਂ ਪੂਰਾ ਸ਼ਬਦ ਸੁਣੋ, ਫਿਰ ਉਸਨੂੰ ਆਪਾਂ ਸਲੋਕ ਅੱਗੇ ਸਿੱਖਾਂਗੇ ਜੀ। ਧਿਆਨ ਨਾਲ ਸੁਣੋ ਜੀ। ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ। ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ। ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ। ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਜਿਉਂ ਕਰ ਸੂਰਜ ਨਿਕਲਿਆ। ਤਾਰੇ ਛੱਪੇ ਅੰਧੇਰ ਪਲੋਆ, ਤਾਰੇ ਛੱਪੇ ਅੰਧੇਰ ਪਲੋਆ। ਛੱਪੇ ਅੰਧੇਰ ਪਲੋਆ, ਤਾਰੇ ਛੱਪੇ ਅੰਧੇਰ ਪਲੋਆ। ਸਿੰਘ ਬੁਕੇ ਮਿਰਗਾਵਲੀ, ਸਿੰਘ ਬੁਕੇ ਮਿਰਗਾਵਲੀ। ਭੰਨੀ ਜਾਏ ਨਾ ਤੀਰ ਤਰੋਆ, ਭੰਨੀ ਜਾਏ ਨਾ ਤੀਰ ਤਰੋਆ। ਭੰਨੀ ਜਾਏ ਨਾ ਤੀਰ ਤਰੋਆ, ਭੰਨੀ ਜਾਏ ਨਾ ਤੀਰ ਤਰੋਆ। ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ। ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿੱਥੇ ਬਾਬਾ ਪੈਰ ਧਰੈ, ਜਿੱਥੇ ਬਾਬਾ ਪੈਰ ਧਰੈ। ਪੂਜਾ ਆਸਣ ਥਾਪਣ ਸੋਆ, ਪੂਜਾ ਆਸਣ ਥਾਪਣ ਸੋਆ। ਪੂਜਾ ਆਸਣ ਥਾਪਣ ਸੋਆ, ਪੂਜਾ ਆਸਣ ਥਾਪਣ ਸੋਆ। ਸਿੱਧ ਆਸਣ ਸਭ ਜਗਤ ਦੇ, ਸਿੱਧ ਆਸਣ ਸਭ ਜਗਤ ਦੇ। ਆਦਮ ਤੇਜੇ ਕੋਆ, ਨਾਨਕ ਆਦਮ ਤੇਜੇ ਕੋਆ। ਆਦਮ ਤੇਜੇ ਕੋਆ, ਨਾਨਕ ਆਦਮ ਤੇਜੇ ਕੋਆ। ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ। ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ। ਕੀਰਤਨ ਸਦਾ ਵਿਸੋਆ, ਕੀਰਤਨ ਸਦਾ ਵਿਸੋਆ। ਹੋਵੇ ਕੀਰਤਨ ਸਦਾ ਵਿਸੋਆ। ਬਾਬੇ ਤਾਰੇ ਚਾਰ ਚੱਕ, ਬਾਬੇ ਤਾਰੇ ਚਾਰ ਚੱਕ। ਪਿਤਮੀ ਸੱਚਾ ਢੋਆ, ਨੌ ਖੰਡ ਪਿਤਮੀ ਸੱਚਾ ਢੋਆ। ਪ੍ਰਿਥਮੀ ਸੱਚਾ ਢੋਆ, ਨੌ ਖੰਡ ਪ੍ਰਿਥਮੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ। ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ। ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ। ਸੋ ਇਸ ਤਰ੍ਹਾਂ ਇਹ ਸ਼ਬਦ ਹੋਣਾ ਹੈ ਜੀ। ਆਹ ਹੁਣ ਆਪਾਂ ਇਸ ਸ਼ਬਦ ਨੂੰ ਸਲੋ ਕਰਕੇ ਸਿੱਖਦੇ ਹਾਂ ਜੀ। ਧਿਆਨ ਨਾਲ ਸੁਣੋ, ਸਥਾਈ ਦੇਖੋ ਜੀ।
स्केल है दूजा काला कोड है पा नी कोमल तेरी स्थाई देखो ध्यान नाल तुंद जग चानन हुआ मिट्टी तुंद जग चानन हुआ सरगम है पा 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 धा पा मा 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 पा धा धा पा 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 स्टार्टिंग विच ते आखिर विच पा चार बार है पा 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 धा पा मा 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 पा धा धा पा 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 मा ते वट टोटल तीन बार है जी इत्थे आना है तुंद जग चानन होआ मिट्टी तुंद जग चानन होआ अगे देखो सतगुर नानक परगटिया सतगुर नानक परगटिया सरगम है पा धा सानी धा धा पा 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 धा सानी धा धा पा पा नाल ही फिर तुंद जग चानन होआ मिट्टी तुंद जग चानन होआ ये शब्द दी स्थाई है जी अंदरा देखो अंतरा बहुत आसान है जी जिथे पर कितना है सतगुरु नानक प्रगट है उत्थे अंतरा होना है पहला अंतरा ज्यों कर सूरज निकलिया ज्यों कर सूरज निकलिया तारे छपे अंधेर पलोआ तारे छपे अंधेर पलोआ नाल ही तुंद जग चानन होआ मिट्टी तुंद जग चानन हो अंदर देखो जी सरगम की है ज्यों कर सूरज निकलिया दो बार रिपीट करना है सरगम है पा धा सानी धा धा पा 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 धा सानी धा धा पा पा नाल ही तारे छपे अंधेर पलोआ तारे छपे अंधेर पलोआ इस थाई वाली तुकी है तुंद जग चानन होआ मिट्टी तुंद जग चानन होआ